ਹਾਂ ਜੀ ਅਜੇ ਇੱਕ ਲੱਤ ਇਹ ਰੱਖਣੀ ਹੈ, ਅਗਲੀ ਲੱਤ ਰੱਖਣੀ ਹੈ, ਇਹ ਹੱਥ ਰੱਖਣਾ ਇੱਥੇ ਤੇ ਹਲਕਾ ਹਲਕਾ ਚੱਲ ਮੇਰਾ ਪੁੱਤਰ। ਨਿਗਾ ਜਿਸ ਤੇ ਸਵਾਲੀ ਹੋਵੇ ਰੱਬ ਦੀ, ਸੱਚੇ ਇਸ਼ਕ ਦਿਲਾ ਗਏ ਉਹਨੂੰ ਲੱਗਦੀ, ਸੱਚੇ ਇਸ਼ਕ ਦਿਲਾ ਗਏ ਉਹਨੂੰ ਲੱਗਦੀ। ਤੂੰ ਨਿਕਲ ਪਟੋਲਾ ਬਣ ਕੇ ਪਿੰਦਰਾਂ ਦੀ ਜਾਨ ਤੇ ਬਣੇ, ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ, ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਸੀ ਨਾ ਖੋਲਾ ਲਹੂ ਡੋਲਾ ਤੈਨੂੰ ਦਿਲ। ਹਾਂਜੀ, ਸਭ ਤੋਂ ਪਹਿਲਾਂ ਤਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਗੱਲ ਕਰੀਏ ਟਿਕਟੋਕ ਅਤੇ ਇਸ ਤਰ੍ਹਾਂ ਦੀਆਂ ਹੀ ਹੋਰ ਐਪਸ ਦੀ, ਤਾਂ ਜਿਨ੍ਹਾਂ ਨੇ ਇਹ ਐਪਸ ਬਣਾਈਆਂ ਹੋਣਗੀਆਂ ਸ਼ਾਇਦ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਦੀਆਂ ਬਣਾਈਆਂ ਇਹਨਾਂ ਐਪਸ ਦੇ ਨਾਲ ਇਨਸਾਨੀਅਤ ਦਾ ਪੱਧਰ ਇਸ ਕਦਰ ਤੱਕ ਗਿਰ ਜਾਵੇਗਾ ਕਿ ਲੋਕ ਗੁਰਦੁਆਰਿਆਂ ਦੇ ਵਿੱਚ ਜਾ ਕੇ ਵੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਵੀਡੀਓਜ਼ ਬਣਾਉਣਗੇ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਾਂ ਠੇਸ ਪਹੁੰਚੇਗੀ ਹੀ, ਨਾਲ ਹੀ ਇਹ ਵੀ ਸੋਚਣ ਦੇ ਲਈ ਮਜਬੂਰ ਹੋਣਾ ਪਵੇਗਾ ਕਿ ਇਹ ਐਪਸ ਇੰਨੀਆਂ ਜ਼ਿਆਦਾ ਜ਼ਰੂਰੀ ਹੋ ਗਈਆਂ ਕਿ ਇਹਨਾਂ ਮੁੰਡੇ ਕੁੜੀਆਂ ਨੂੰ ਇਸ ਗੱਲ ਦਾ ਵੀ ਧਿਆਨ ਨਹੀਂ ਰਿਹਾ ਕਿ ਜਿਨ੍ਹਾਂ ਗੁਰਦੁਆਰਿਆਂ ਦੀ ਪਵਿੱਤਰ ਜਗ੍ਹਾ 'ਤੇ ਉਹ ਇਸ ਤਰ੍ਹਾਂ ਦੀਆਂ ਘਟੀਆ ਅਤੇ ਸ਼ਰਮਨਾਕ ਵੀਡੀਓਜ਼ ਬਣਾ ਰਹੇ ਹਨ, ਉਹਨਾਂ ਗੁਰਦੁਆਰਿਆਂ ਦੀਆਂ ਨੀਹਾਂ ਲੱਖਾਂ ਸੂਰਵੀਰਾਂ ਦੇ ਸਿਰਾਂ 'ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ ਇਹਨਾਂ ਵੀਡੀਓਜ਼ ਤੋਂ ਬਾਅਦ ਇਹਨਾਂ ਮੁੰਡੇ ਅਤੇ ਕੁੜੀਆਂ ਦੀਆਂ ਮਾਫ਼ੀ ਮੰਗਦਿਆਂ ਦੀ ਵੀਡੀਓਜ਼ ਵੀ ਸਾਹਮਣੇ ਆ ਜਾਂਦੀਆਂ ਹਨ, ਪਰ ਕੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਹਰਕਤਾਂ ਤੋਂ ਬਾਅਦ ਇਸ ਤਰ੍ਹਾਂ ਮਾਫ਼ੀ ਮੰਗ ਲੈਣਾ ਕਾਫ਼ੀ ਹੈ? ਇਸ ਗੱਲ ਦਾ ਫੈਸਲਾ ਅਸੀਂ ਤੁਹਾਡੇ 'ਤੇ ਛੱਡਦੇ ਹਾਂ, ਇਸ ਬਾਰੇ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨਾ। ਹਾਲਾਂਕਿ ਸਾਰੇ ਧਰਮ ਬਰਾਬਰ ਹਨ, ਪਰ ਜਦੋਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਵੀ, ਜਿਨ੍ਹਾਂ ਨੂੰ ਗੁਰੂ ਘਰਾਂ ਦੀ ਮਰਿਆਦਾ ਬਾਰੇ ਚੰਗੀ ਤਰ੍ਹਾਂ ਪਤਾ ਹੈ, ਉਹ ਵੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਵੀਡੀਓਜ਼ ਬਣਾਉਂਦੇ ਹਨ, ਤਾਂ ਹੋਰ ਵੀ ਜ਼ਿਆਦਾ ਦੁੱਖਦਾਈ ਗੱਲ ਹੈ। ਬਾਕੀ ਦੋਸਤੋ, ਤੁਸੀਂ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨੇ ਹਨ। ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ, ਉਹਨੇ ਸਮੇਂ ਤੱਕ ਲਈ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।